हेलो, की हाल ने? गुरदेव सिंह दा पुत्त रणवीर सिंह 9 साल का वा। 9 साल का पुत मंजे ते बैठा। ਜਿੱਦਾਂ ਮੈਂ ਉੱਠਿਆ ਮੈਂ ਜਿੱਦਾਂ ਇਹਨੂੰ ਨਹੀਂ ਖਾਦਾ ਦਵਾਈ ਬੂਟੀ ਤੇ ਹੁਣ ਜਦ ਇਹ ਬੜਾ ਠੀਕ ਹੋਇਆ ਤੇ ਘਰ ਵਾਲੀ ਤੇ ਥੋੜ੍ਹ ਲੱਗ ਦਿਲ ਦੇ ਆਲੇ ਦੁਆਲੇ ਹਾਰਟ 'ਚ ਵੀ ਪਾਣੀ ਭਰਿਆ ਹੋਇਆ। ਰਣਵੀਰ ਦੀ ਮਾਂ ਵੀ ਇਸ ਦੁਨੀਆ ਤੋਂ ਤੁਰ ਗਈ ਹੈ। ਜਿਉਂ ਜੰਮਿਆ 1.5-2 ਮਹੀਨਿਆਂ ਦਾ ਸੀ ਮੁੰਡਾ, ਉਦੋਂ ਦਾ ਹਸਪਤਾਲਾਂ 'ਚ ਹੀ ਆ। ਸਰੀਰਕ ਤੌਰ 'ਤੇ ਰਣਵੀਰ, ਮਾਨਸਿਕ ਤੌਰ 'ਤੇ ਰਣਵੀਰ ਆਮ ਬੱਚਿਆਂ ਵਰਗਾ ਨਹੀਂ ਸੀ। 2024 'ਚ ਜਾ ਕੇ ਜੀਵਨ ਸਾਥਣ ਵੀ ਜਦੋਂ ਸਾਥ ਛੱਡ ਗਈ ਤਾਂ ਗੁਰਦੇਵ ਸਿੰਘ ਅੰਦਰੋਂ ਅੰਦਰੀ ਟੁੱਟ ਗਿਆ। ਹੁਣ ਸੁਪਨਿਆਂ ਦੇ ਘਰ ਦਾ ਪੁੱਤ ਬਣਨ ਜਾ ਰਿਹਾ ਰਣਵੀਰ। ਹਾਂ ਬਈ, ਹੈਲੋ, ਕੀ ਹਾਲ ਨੇ? ਕੀ ਨਾਂ ਤੇਰਾ? ਕੀ ਨਾਮ ਆ? ਰਣਜੀਤ? ਰਣਵੀਰ? ਓਏ ਰਣਵੀਰ, ਹੈਲੋ ਕਰ, ਹੈਲੋ ਕਰ, ਹੈਲੋ ਹੈਲੋ ਰਣਵੀਰ, ਕਿਵੇਂ ਆ ਬਈ? ਕਿੰਨੇ ਸਾਲਾਂ ਦਾ ਬਾਈ ਇਹ? ਹੈਂ, 9 ਸਾਲ ਦਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਦੇਵ ਸਿੰਘ ਦਾ ਪੁੱਤ ਰਣਵੀਰ ਸਿੰਘ 9 ਸਾਲਾਂ ਦਾ ਵਾ। 9 ਸਾਲਾਂ ਦਾ ਪੁੱਤ ਪੂਰਾ ਬਾਪ ਦੇ ਪੈਰ 'ਚ, ਜੁੱਤੀ 'ਚ ਪੈਰ ਪਾਉਣ ਲੱਗ ਜਾਂਦਾ। ਪਰ ਅੱਜ 9 ਸਾਲਾਂ ਦਾ ਪੁੱਤ ਮੰਜੇ 'ਤੇ ਹੀ ਬੈਠਾ। ਪੇਟ 'ਚ ਵੀ ਪਾਣੀ ਭਰਿਆ, ਲੀਵਰ 'ਚ ਵੀ ਪਾਣੀ ਆ, ਕਿਡਨੀਆਂ 'ਚ ਵੀ ਪਾਣੀ ਆ, ਦਿਲ ਦੇ ਆਲੇ ਦੁਆਲੇ ਹਾਰਟ 'ਚ ਵੀ ਪਾਣੀ ਭਰਿਆ ਹੋਇਆ। ਰਣਵੀਰ ਦੀ ਮਾਂ ਵੀ ਇਸ ਦੁਨੀਆ ਤੋਂ ਤੁਰ ਗਈ ਹੈ। ਆ ਫਰਵਰੀ ਦੇ ਮਹੀਨੇ ਦੇ ਵਿੱਚ, 7-8 ਮਹੀਨੇ ਪਹਿਲਾਂ ਰਣਵੀਰ ਨੂੰ ਛੱਡ ਕੇ ਸਦਾ ਲਈ ਤੁਰ ਗਈ ਉਹ ਵੀ। ਉਹਦੇ ਬੱਚਾਦਾਨੀ ਦੇ ਵਿੱਚ ਟਿਊਮਰ ਸੀ, ਕੈਂਸਰ ਸੀਗਾ। ਅਤੇ ਗੁਰਦੇਵ ਸਿੰਘ ਕਿਵੇਂ ਨਾ ਕਿਵੇਂ ਕਰਕੇ ਬੱਚੇ ਦਾ ਇਲਾਜ ਵੀ ਕਰਾਉਂਦਾ ਰਿਹਾ, ਆਪਣੀ ਘਰਵਾਲੀ ਦਾ ਇਲਾਜ ਵੀ ਕਰਾਉਂਦਾ ਰਿਹਾ। ਗਰੀਬੀ ਦਾਵੇ ਪੱਗਾਂ ਬੰਨਣ ਦਾ ਕੰਮ ਕਰਦਾ, ਕਿਵੇਂ ਸਿਕਿਉਰਟੀ, ਬਹੁਤ ਸਾਰੇ ਪਾਪੜ ਵੇਲੇ ਜੋ ਅੱਜ ਦਾ ਇਨਸਾਨ ਆਪਣੇ ਪਰਿਵਾਰ ਨੂੰ ਚਲਾਉਣ ਲਈ ਕਰਦਾ, ਤਾਂ ਗੁਰਦੇਵ ਸਿੰਘ ਨੇ ਵੀ ਬਹੁਤ ਸਾਰੇ ਹੀਲੇ ਵਸੀਲੇ ਕੀਤੇ। ਜਿਉਂ ਜੰਮਿਆ 1.5-2 ਮਹੀਨਿਆਂ ਦਾ ਸੀ ਮੁੰਡਾ, ਉਦੋਂ ਦਾ ਹਸਪਤਾਲਾਂ 'ਚ ਹੀ ਆ। ਪਹਿਲਾਂ CMC, ਫਿਰ PGI। ਜਨਮ ਸਮੇਂ ਕੋਈ ਸਮੱਸਿਆ ਆ ਗਈ ਸੀਗੀ ਪੇਟ ਦੇ ਵਿੱਚ ਹੁੰਦੇ ਹੀ। ਹਾਲਾਂਕਿ ਜਨਮ ਸਮੇਂ 2.5 ਕਿਲੋ ਵਜ਼ਨ ਸੀ ਰਣਵੀਰ ਦਾ, ਪਰ ਸਰੀਰਕ ਤੌਰ 'ਤੇ ਰਣਵੀਰ, ਮਾਨਸਿਕ ਤੌਰ 'ਤੇ ਰਣਵੀਰ ਆਮ ਬੱਚਿਆਂ ਵਰਗਾ ਨਹੀਂ ਸੀ। ਫਿਰ ਵੀ ਭਰੋਸਾ ਸੀ, ਉਹਦੀ ਪਰਵਰਿਸ਼ ਵੀ ਕਰਦਾ ਰਿਹਾ, ਉਹਦਾ ਇਲਾਜ ਵੀ ਕਰਾਉਂਦਾ ਰਿਹਾ ਗੁਰਦੇਵ ਸਿੰਘ। ਪਰ 2024 'ਚ ਜਾ ਕੇ ਜੀਵਨ ਸਾਥਣ ਵੀ ਜਦੋਂ ਸਾਥ ਛੱਡ ਗਈ ਤਾਂ ਗੁਰਦੇਵ ਸਿੰਘ ਅੰਦਰੋਂ ਅੰਦਰੀ ਟੁੱਟ ਗਿਆ। ਗੁਰਦੇਵ ਸਿੰਘ ਅੱਜ ਤੋਂ ਕੁਛ ਮਹੀਨੇ ਪਹਿਲਾਂ ਸਾਡੇ ਕੋਲ ਆਇਆ, ਬਾਹਰ ਬੜਾ ਰੋ ਰਿਹਾ ਸੀ, ਦੱਸਦਾ ਸੀ ਮੇਰੀ ਪਤਨੀ ਦੀ ਮੌਤ ਹੋ ਗਈ, ਵੀ ਮੇਰਾ ਮੁੰਡਾ ਵਾ ਇੱਕ, ਉਹ ਠੀਕ ਨਹੀਂ ਹੈਗਾ, ਸਿੱਧਾ ਵਾ ਜਨਮ ਤੋਂ ਹੀ, ਵੀ ਮੇਰੇ ਤੋਂ ਹੁਣ ਸਾਂਭਦਾ ਨਹੀਂ, ਮੈਂ ਕੰਮ 'ਤੇ ਜਾਂਦਾ, ਦਿਹਾੜੀ 'ਤੇ ਕਿਸੇ ਦੇ ਘਰ ਛੱਡ ਕੇ ਜਾਂਦਾ ਜਾਂ ਨਾਲ ਲੈ ਕੇ ਜਾਂਦਾ, ਤਾਂ ਕੰਮ ਨਹੀਂ ਹੁੰਦਾ ਅਤੇ ਨਾ ਕੋਈ ਰਿਸ਼ਤੇਦਾਰ ਸਾਥ ਦੇ ਰਿਹਾ, ਨਾ ਕੋਈ ਭੈਣ ਭਰਾ, ਨਾ ਕੋਈ ਮਾਮਾ ਮਾਸੀ ਚਾਚਾ ਤਾਇਆ ਭੂਆ ਫੁੱਫੜ ਨਾਨਕੇ ਦਾਦਕੇ ਕੋਈ ਵੀ ਖੜ੍ਹ ਨਹੀਂ ਰਿਹਾ, ਨਾ ਮੇਰੇ ਨਾ ਮੇਰੇ ਮੁੰਡੇ ਦੇ। ਵੀ ਮੈਂ ਕਮਾ ਕੇ ਵੀ ਉਹਨੂੰ ਖਵਾ ਨਹੀਂ ਪਾ ਰਿਹਾ, ਤਾਂ ਅਸੀਂ ਵੀਰ ਨੂੰ ਬੇਨਤੀ ਕਰੀ ਸੀ ਵੀ ਵੀਰ ਤੂੰ ਨਾਲ ਆ ਜਾ ਇੱਥੇ ਸਾਡੇ ਕੋਲ, ਨਾਲੇ ਆਪਾਂ ਰਣਵੀਰ ਨੂੰ ਇੱਥੇ ਰੱਖ ਲਾਂਗੇ, ਨਾਲੇ ਤੂੰ ਵੀ ਸਾਡੇ ਕੋਲ ਸੇਵਾ ਕਰਾਈ ਚੱਲੀ ਇੱਥੇ, ਤੈਨੂੰ ਜਿਹੜੀ ਬਣਦੀ ਤਨਖਾਹ ਦੇਈ ਚੱਲਾਂਗੇ। ਚਲੋ ਸਮਾਂ ਬੀਤਿਆ, 2 ਮਹੀਨੇ ਲੰਘ ਗਏ, 3 ਹੁਣ ਇਹ ਵੀਰ ਸਾਡੇ ਕੋਲ ਆਪਣੇ ਬੱਚੇ ਨੂੰ ਲੈ ਕੇ ਆਇਆ, 4-5 ਦਿਨ ਹੋ ਗਏ। ਇਹਨੇ ਚਾਈਲਡ ਵੈਲਫੇਅਰ ਕਮੇਟੀ ਤੋਂ ਬੱਚੇ ਦੀ ਪਰਮਿਸ਼ਨ ਲੈ ਆਉਂਦੀ,
इत्थे रखण दी। हुण भी असीं इहनूं इही बेनती करी भी तूं नाल रहि पा, पर वीर कहिंदा भी मैं कम करदा वां जिथे इहने कोई कॉन्ट्रैक्ट लिया होया वा, भी उह कम भी मेरा छुट जाणा वा, भी मैं आ जाया करूँगा इहदे कोले। हुण भी पंज दिनां तों इत्थे रहि के अपने बेटे दी सेवा करा रहा साडे नाल। रणवीर दी प्रॉब्लम भी आ, रणवीर दा हर चार पंज दिनां बाद पेट भर जांदा पाणी नाल, जदों जो ये खांदा पींदा वा वह पूरी तरह ना बाहर नहीं आता, हजम नहीं हुंदा शरीर दे विच, ढिड च भी आ। हुण थोड़े दिन पहला ही ढिड चो पानी कढ़ाउण वास्ते इहनूं एडमिट किया होया सी, हुण भी ढिड पूरा टाइट होया पिया, पानी ना भर जांदा ढिड दा। पता नहीं रणवीर नूं भी कोई पिछले जन्मां दी जां कोई ये तकलीफ आ जिहड़ी बच्चा झल रिहा ज्यों जम्मिया। चलो तकलीफ भी किवें ना किवें कट्टी जांदी झली जांदा, जे माँ सिर ते हुंदी माँ भी तुर गई। हुण सुपनिआं दे घर दा पुत बणन जा रिहा रणवीर, सुपनिआं दे घर दा साडा पुत बणन जा रिहा रणवीर। रणवीर पापा नूं कह रो ना, कह दे कह रो ना, चुप करा दे, चुप करा दे पापा नूं, अखां पूंझ दे पापा दीआं, अखां पूंझ दे रणवीर, अखां पूंझ दे पापा दीआं, अखां पूंझ दे, पूंझ दे आ दे अखां पूंझ दे पापा दीआं, पापा दीआं अखां पूंझ दे। प्यो लई भी ये फैसला लेना कोई आसान नहीं रहा हुंदा, अपना बच्चा नौ सालां दा पुत पूरी होश च आ जांदा, पूरे सुपने लैण लग जांदा, बापू मैं आह करूँ, पापा मैं आह बनूँ, मैं वड्डा होके इदां करूँ। पर अज रणवीर अपना नाम भी नहीं दस पा रहा। रणवीर सुपने हो सकता लैंदा होवे, पर सुपने दस भी नहीं पा रहा कि मैनूं सुपना आया की सी। बस अरदास करियो रणवीर नूं इत्थे सुपनिआं दे घर विच एक सुपनिआं वर्गा जीवन मिले, ये बच्चा रिवाइव करे, ठीक हो जावे। इहदियां जिहड़ियां हुण इस टाइम लीवर दियां, हार्ट दियां, किडनी दियां समस्यावां चल रहियां, उहनां चों बाहर निकल जावे, ठीक हो जावे, तंदुरुस्त हो जावे, अपना आने वाला जीवन है जिहड़ा उस घर च जिथे गुरदेव सिंह ने बड़े चावां नाल उह घर बनाया सी, उत्थे रह सके अपने पुत दे नाल ते अपने जीवन साथण दे नाल। अरदास करियो बाकी इहदे वीरे दे की भाग आ गां, इहने की किद्दां होणा ये रब जानदा। पर रणवीर नाल साडा एक रिश्ता बनिया जिहड़ा उह असीं 100% निभा सकी, उहदे लई तुसीं अरदास करियो वी असीं रणवीर दे अपने बन सकीए, रणवीर दे माँ बाप बन सकीए। वाहिगुरू जी का खालसा, वाहिगुरू।